ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਉੱਥੇ ਹੀ ਅਸੀਂ ਅੱਜ ਖੜ੍ਹੇ ਹਾਂ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ, ਜੋ ਕਿ ਕਿਸਾਨਾਂ ਵੱਲੋਂ ਬੰਦ ਕੀਤਾ ਹੋਇਆ ਅਤੇ ਉੱਥੇ ਹੀ ਇਹਨਾਂ ਵੱਲੋਂ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਹੋਇਆ, ਟੋਲ ਪਲਾਜ਼ਾ ਜਿਹੜਾ ਬੰਦ ਕੀਤਾ। ਇਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਇਹ ਸਮਰਾਲਾ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਬਣਿਆ ਹੋਇਆ ਟੋਲ ਪਲਾਜ਼ਾ ਹੈ, ਜਿੱਥੇ ਕਿ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਅਤੇ ਚੱਕਾ ਜਾਮ ਕੀਤਾ ਹੋਇਆ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਪੁੱਜੇ ਹੋਏ ਹਨ, ਜਿਨ੍ਹਾਂ ਨੇ ਧਰਨਾ ਲਗਾਇਆ ਹੋਇਆ ਹੈ ਮੋਦੀ ਸਰਕਾਰ ਦੇ ਖਿਲਾਫ, ਕੇਂਦਰ ਦੀ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਜਾ ਰਿਹਾ, ਕਿਉਂਕਿ ਕੇਂਦਰ ਦੀ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਫੈਸਲੇ ਕਰੇ ਗਏ ਸੀਗੇ ਉਹ ਪੂਰੇ ਨਹੀਂ ਕੀਤੇ ਗਏ। ਵਾਅਦਿਆਂ ਤੋਂ ਬਾਅਦ ਜਿਹੜੇ ਨਾ ਪੂਰੇ ਕਰਨ ਤੋਂ ਬਾਅਦ ਕਿਸਾਨਾਂ ਨੂੰ ਅੰਦੋਲਨ ਸ਼ੁਰੂ ਕਰਨਾ ਪਿਆ, ਅਤੇ ਕੁਝ ਜਥੇਬੰਦੀਆਂ ਜੋ ਕਿ ਦਿੱਲੀ ਜਾਣ ਲਈ ਸ਼ੰਭੂ ਬਾਰਡਰ ਤੇ ਬੈਠੇ ਹਨ, ਉਹਨਾਂ ਨੂੰ ਖੱਟਰ ਦੀ ਸਰਕਾਰ ਵੱਲੋਂ ਰੋਕਿਆ ਗਿਆ। ਉਸ ਦੇ ਸਮਰਥਨ ਦੇ ਵਿੱਚ ਹੀ ਅੱਜ ਵੱਖੋ ਵੱਖਰੀਆਂ ਜਥੇਬੰਦੀਆਂ ਵੱਲੋਂ ਇਹ ਜਾਮ ਲਗਾਇਆ ਗਿਆ, ਤੇ ਅਸੀਂ ਗੱਲਬਾਤ ਵੀ ਕਰਦੇ ਹਾਂ ਇਹਨਾਂ ਤੋਂ, ਜਾਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਕੀ ਕਹਿੰਦੇ ਬਾਈ ਜੀ, ਜਿਹੜਾ ਅੱਜ ਨੈਸ਼ਨਲ ਹਾਈਵੇ ਤੁਸੀਂ ਜਿਹੜਾ ਲੁਧਿਆਣਾ ਚੰਡੀਗੜ੍ਹ ਨੂੰ ਜੋੜਨ ਵਾਲਾ ਬੰਦ ਕੀਤਾ ਜੀ? ਇਹ ਕਾਲ ਸਾਡੀ ਤਕਰੀਬਨ 2 ਮਹੀਨੇ ਪਹਿਲਾਂ ਦੀ ਦਿੱਤੀ ਹੋਈ ਆ। ਟ੍ਰੇਡ ਯੂਨੀਅਨ ਰਲ ਕੇ, ਸਾਡੀ SKM ਅਤੇ ਟ੍ਰੇਡ ਯੂਨੀਅਨ ਅਤੇ ਹੋਰ ਮਜ਼ਦੂਰ ਯੂਨੀਅਨ ਰਲ ਕੇ ਇਹ ਕਾਲ ਦਿੱਤੀ ਹੋਈ ਆ। ਇਹ ਜੋ ਅਸੀਂ 2 ਸਾਲ ਪਹਿਲਾਂ ਜਦ ਮੋਰਚਾ ਸਸਪੈਂਡ ਕਰਕੇ ਆਏ ਹਾਂ, ਮੋਦੀ ਸਰਕਾਰ ਨੇ ਜੋ ਸਾਡੀਆਂ ਮੰਗਾਂ ਮੰਨੀਆਂ ਸੀ, ਭਰੋਸਾ ਦਿੱਤਾ ਸੀ ਵੀ ਅਸੀਂ ਸਾਨੂੰ ਟਾਈਮ ਚਾਹੀਦਾ, ਅਸੀਂ ਪੂਰੀਆਂ ਕਰ ਦਾਂਗੇ, ਉਹਦੇ ਵਿਰੋਧ 'ਚ ਕਰ ਰਹੇ ਹਾਂ ਵੀ ਉਹ ਸਾਡੀਆਂ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ। ਸਾਡੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਡੇ ਕੁਛ ਭਰਾ ਦਿੱਲੀ ਵੱਲ ਨੂੰ ਵੀ ਗਏ ਨੇ, ਮੋਰਚਿਆਂ 'ਤੇ ਬਾਰਡਰਾਂ 'ਤੇ ਬੈਠੇ ਨੇ, ਉਹ ਮੇਨ ਕਾਰਨ ਹੁਣ ਸਰਕਾਰ ਹੋਰ ਟਾਈਮ ਮੰਗਦੀ ਆ, ਵੋਟਾਂ ਆਉਣੇ ਵਾਲੀਆਂ ਨੇ, ਵੀ 2 ਸਾਲ ਦੇ ਵਿੱਚ ਤਾਂ ਤੁਹਾਡੇ ਤੋਂ ਕੋਈ ਕੁਛ ਹੋਇਆ ਨਹੀਂ, ਕੀਤਾ ਨਹੀਂ। ਇੱਥੋਂ ਇਹ ਗੱਲ ਸਾਫ਼ ਆ ਵੀ ਸਰਕਾਰ ਦੀ ਨੀਤ 'ਚ ਫਰਕ ਆ, ਇਸ ਕਰਕੇ ਅਸੀਂ ਫਿਰ ਦੁਬਾਰਾ ਦਬਾਅ ਪਾਉਣ ਦੇ ਲਈ ਇਹ ਐਜੀਟੇਸ਼ਨ ਕੀਤਾ। ਇਸ ਤੋਂ ਬਾਅਦ ਹੋਰ ਵੀ ਤਕੜਾ ਐਜੀਟੇਸ਼ਨ ਕਰਾਂਗੇ, 18 ਤਰੀਕ ਦੀ ਸਾਡੀ SKM ਦੀ ਮੀਟਿੰਗ ਆ, ਹੋਰ ਤਕੜਾ ਐਜੀਟੇਸ਼ਨ ਕਰਾਂਗੇ। ਜਿਵੇਂ ਕਿ ਸਾਡੇ ਉੱਥੇ ਕਿਸਾਨ ਵੀਰ ਬੈਠੇ ਨੇ, ਉੱਥੇ ਜਿਹੜਾ ਖੱਟਰ ਸਰਕਾਰ ਵੱਲੋਂ ਤਸਦਰ ਢਾਇਆ ਜਾ ਰਿਹਾ, ਉਹਨਾਂ 'ਤੇ ਬੰਬ ਵਸਾਏ ਜਾ ਰਹੇ ਨੇ, ਕਈਆਂ ਦੀਆਂ ਅੱਖਾਂ ਤੱਕ ਗਈਆਂ ਨੇ, ਲੱਤਾਂ 'ਤੇ ਇਹ ਵੀ ਕਈਆਂ ਦੇ ਨੁਕਸਾਨ ਹੋਏ, ਉਹਨਾਂ ਬਾਰੇ ਕੀ ਦੇਖਦੇ ਹੋ ਤੁਸੀਂ, ਕੀ ਉਹਨਾਂ ਦੀ ਮਦਦ ਦੇ ਵਿੱਚ ਹੋਰ ਵੀ ਸਾਡੇ ਜਥੇਬੰਦੀਆਂ ਜਿਹੜੀਆਂ ਦਿੱਲੀ ਪੁੱਜਣਗੀਆਂ? ਬਿਲਕੁਲ, ਸਾਡੀ 18 ਤਰੀਕ ਦੀ ਮੀਟਿੰਗ ਆ, ਉੱਥੇ ਜੋ ਵੀ ਸਾਨੂੰ ਜਾਇਜ਼ ਲੱਗੂ ਵੀ ਕਰਨਾ ਚਾਹੀਦਾ। ਨਹੀਂ, ਸਪੋਰਟ ਤਾਂ ਅਸੀਂ ਇਹ ਕਿ ਸਾਡੀਆਂ ਮੰਗਾਂ ਇੱਕੋ ਨੇ, ਸਾਡੇ ਭਾਈਓ ਨੇ, ਕੋਈ ਗੱਲ ਨਹੀਂ। ਜੇ ਅਸਲ 'ਚ ਜਿਹੜਾ ਸਾਡਾ ਲੋਕਤੰਤਰ ਤਰੀਕੇ ਨਾਲ ਜਿਹੜਾ ਐਜੀਟੇਸ਼ਨ ਕਰਨ ਦਾ ਅਧਿਕਾਰ ਆ, ਸਰਕਾਰ ਉਹ ਵੀ ਖੋ ਰਹੀ ਆ। ਇਸ ਅਸਲ ਗੁਲਾਮੀ ਵੱਲ ਦੇਸ਼ ਜਾ ਰਿਹਾ, ਸਰਕਾਰ ਡਿਕਟੇਟਰਸ਼ਿਪ ਚਾਹੁੰਦੀ ਹੈ ਵੀ ਡਿਕਟੇਟਰਸ਼ਿਪ 'ਚ ਆ ਜਾਵੇ, ਇੱਥੇ ਕੋਈ ਬੋਲੇ ਨਾ, ਜਿਹੜਾ ਬੋਲਦਾ ਉਹਦੇ 'ਤੇ ਛੱਦੇ ਕਰਕੇ ਉਹਨੂੰ ਚੁੱਪ ਕਰਾ ਦਈਏ, ਡਰਾ ਦਈਏ, ਧਮਕਾ ਦਈਏ। ਕਿੰਨਾ ਕੁ ਜਿਹੜਾ ਤੁਹਾਡਾ ਬੰਦ ਅਸਰ ਦੇਖਣ ਨੂੰ ਮਿਲਿਆ, ਕਿਉਂਕਿ ਜਿਹੜਾ ਅਸੀਂ ਦੇਖ ਕੇ ਆਏ ਹਾਂ ਸਾਰਾ ਬਾਜ਼ਾਰ ਵੀ ਬੰਦ ਨੇ, ਅਤੇ ਤੁਹਾਨੂੰ ਕਿਵੇਂ ਲੱਗਦਾ ਜਿਹੜਾ ਤੁਹਾਡਾ, ਕਿੰਨਾ ਕੁ ਜਿਹੜਾ ਸਾਥ ਦਿੱਤਾ ਗਿਆ ਸਾਰੀਆਂ ਲੋਕਾਂ ਵੱਲੋਂ? ਜਿਹੜਾ ਸਾਨੂੰ ਸਾਥ ਦਿੱਤਾ ਉਹ ਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਆ ਵੀ ਅਸੀਂ ਕੋਈ ਧੱਕੇ ਨਾਲ ਬੰਦ ਨਹੀਂ ਕਰਾਇਆ। ਲੋਕਾਂ ਨੇ ਆਪਣੇ ਆਪ ਬਾਜ਼ਾਰ ਬੰਦ ਹੋਏ ਨੇ, ਆਪਣੇ ਆਪ ਬੱਸਾਂ ਵਾਲਿਆਂ ਨੇ ਬੰਦ ਕੀਤੀਆਂ ਬੱਸਾਂ, ਜਿੰਨੀ ਵੀ ਟਰਾਂਸਪੋਰਟ ਉਹ ਜ਼ਿਆਦਾ ਆਪਣੇ ਆਪ ਹੀ ਬੰਦ ਹੋਈ ਆ। ਜੇ ਕਿਤੇ ਅਸੀਂ ਬੰਦ ਕੀਤਾ ਹੁੰਦਾ ਅਸੀਂ ਸੜਕਾਂ ਰੁਕੀ ਤਾਂ ਇੱਥੇ ਲਾਈਨਾਂ ਲੱਗ ਜਾਣੀ ਸੀ ਗੱਡੀਆਂ ਦੀਆਂ, ਇੱਥੇ ਕੋਈ ਟ੍ਰੈਫਿਕ ਹੈ ਨਹੀਂ। ਇਹ ਤੋਂ ਗੱਲ ਸਾਫ਼ ਆ ਵੀ ਲੋਕਾਂ ਦਾ ਮਨ ਆਪਣੇ ਆਪ ਹੀ ਸਰਕਾਰ ਦੀ ਜਿਹੜੀ ਡਿਕਟੇਟਰਸ਼ਿਪ ਆ, ਧੱਕੇਸ਼ਾਹੀ ਆ, ਉਹਦੇ ਖਿਲਾਫ਼ ਆ, ਕਿਉਂਕਿ ਸਰਕਾਰ ਇਕੱਲੇ ਇਕੱਲੇ ਵਰਗ ਨੂੰ ਪੀੜਨ 'ਤੇ ਤੁਲੀ ਹੋਈ ਆ। ਸਾਰੇ ਲੋਕ ਸਾਡੇ ਨਾਲ ਨੇ, ਅਸੀਂ ਇਕੱਠੇ ਹੋ ਕੇ ਸਾਰੇ ਵਰਗਾਂ ਦੀ ਲੜਾਈ ਲੜਾਂਗੇ, ਜਿੱਥੇ ਕਿਤੇ ਧੱਕਾ ਹੋਊਗਾ ਉੱਥੇ ਅਸੀਂ ਮੂਹਰੇ ਹੋ ਕੇ ਲੜਾਂਗੇ। ਇੱਥੇ ਜਿਹੜੀਆਂ ਹੋਰ ਵੀ ਜਥੇਬੰਦੀਆਂ ਦੇ ਆਗੂ ਪੁੱਜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਵੀ ਜਾਣਾਂਗੇ। ਕੀ ਕਹਿਣਾ ਚਾਹੇਂਗੇ ਤੁਸੀਂ, ਜਿਵੇਂ ਕਿ ਜੀ ਸਾਡੇ ਜਿਹੜੇ ਨੌਜਵਾਨ ਨੇ ਅਤੇ ਉੱਥੇ ਬਜ਼ੁਰਗ ਵੀ ਬੈਠੇ ਨੇ ਸ਼ੰਭੂ ਬਾਰਡਰ 'ਤੇ, ਉਹਨਾਂ 'ਤੇ ਤਸਦਰ ਢਾਇਆ ਰਹੇ, ਉੱਥੇ ਹੀ ਤੁਸੀਂ ਅੱਜ ਜਿਹੜਾ ਆ ਟੋਲ ਪਲਾਜ਼ੇ ਵੀ ਬੰਦ ਕੀਤੇ, ਨੈਸ਼ਨਲ ਹਾਈਵੇ ਬੰਦ ਕੀਤੇ? ਦੇਖੋ, ਜਿਹੜੇ ਸਾਡੇ ਉੱਥੇ ਭਰਾ ਬੈਠੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਜੋ ਕੱਲ੍ਹ ਵੀ ਸੀ 3 ਘੰਟੇ ਲਈ ਟੋਲ ਬੰਦ ਕੀਤੇ ਸੀਗੇ ਅਤੇ 4 ਘੰਟੇ ਲਈ ਰੇਲਾਂ ਵੀ ਬੰਦ ਕੀਤੀਆਂ ਸੀ। ਅੱਗੇ ਤੋਂ ਵੀ ਜੇ ਕੋਈ ਸਰਕਾਰ ਅਜਿਹਾ ਕਰਦੀ ਆ ਜਾਂ ਉਹਨਾਂ 'ਤੇ ਕੋਈ ਵਾਧੂ ਕਾਰਵਾਈ ਹੁੰਦੀ ਆ ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਸਾਡੇ ਭਰਾ ਨੇ,
ਜੇ ਕੋਈ ਸਾਨੂੰ ਜਿਵੇਂ ਜਥੇਬੰਦੀਆਂ ਸੱਦਾ ਲਾਉਣਗੀਆਂ ਅਸੀਂ ਉਹਨਾਂ ਦੇ ਨਾਲ ਖੜੇ। ਕੀ ਅਗਲਾ ਕੀ ਕਦਮ ਹੋਵੇਗਾ ਜੇਕਰ 18 ਤਰੀਕ ਤੋਂ ਬਾਅਦ ਵੀ ਸੈਂਟਰ ਸਰਕਾਰ ਨਹੀਂ ਝੁਕਦੀ ਤਾਂ ਅਗਲਾ ਕੀ ਕਦਮ ਹੋਵੇਗਾ? ਦੇਖੋ, ਸਾਡੀ ਜੋ 18 ਤਰੀਕ ਦੀ ਸੰਯੁਕਤ ਮੋਰਚੇ ਦੀ ਕਾਲ ਆ ਮੀਟਿੰਗ ਆ, ਉਹਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਵੱਡੇ ਫੈਸਲੇ ਲਏ ਜਾਣਗੇ, ਜੇ ਕਿਉਂਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੋ ਵੀ ਫੈਸਲਾ ਆਊਗਾ ਮੇਰੇ ਖਿਆਲ ਦੇ ਵਿੱਚ ਕਿਸਾਨਾਂ ਦਾ ਆਪਣੇ ਐਜੀਟੇਸ਼ਨ ਦੇ ਬਾਰੇ ਆਊਗਾ, ਅਸੀਂ ਉਹਦੇ ਪੂਰਨ ਨਾਲ ਖੜੇ ਹਾਂ। ਉੱਥੇ ਹੀ ਸਾਡੇ ਨਾਲ ਹੋਰ ਵੀ ਹੈਗੇ ਨੇ ਜਿਹੜੇ ਕਿਸਾਨ ਆਗੂ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਦੇਖਦੇ ਹੋ ਤੁਸੀਂ ਜਿਹੜਾ ਅੱਜ ਦੇ ਬੰਦ ਨੂੰ ਦੇਖ ਕੇ, ਕਿਵੇਂ ਲੱਗਦਾ ਤੁਹਾਨੂੰ ਵੀ ਸਰਕਾਰ ਝੁਕੇਗੀ ਜਾਂ ਫਿਰ ਇਹ ਆਪਣੀ ਅੜੀਆਂ 'ਤੇ ਪਹਿਲਾਂ ਵਾਂਗ ਅੜੀ ਰਹੇਗੀ? ਦੇਖੋ ਜੀ, ਸਰਕਾਰ ਤਾਂ ਝੁਕਗੀ ਝੁਕਗੀ, ਰਹਿੰਦੇ ਕਿਸਾਨ ਵੀ ਪਿੱਛੇ ਨਹੀਂ ਹਟਦੇ ਹੈਗੇ। ਜੋ ਸਾਡੇ ਨਾਲ ਧੱਕਾ ਹੋ ਰਿਹਾ ਬਾਰਡਰ 'ਤੇ ਹੋ ਰਿਹਾ, ਸਾਡੇ ਕਿਸਾਨ ਅੱਜ ਵੀ ਇੱਕ ਕਿਸਾਨ ਸ਼ਹੀਦ ਹੋ ਗਿਆ ਉੱਥੇ, ਲਗਭਗ ਸਾਡੇ ਨਾਲ ਕਿਸਾਨਾਂ ਨੂੰ ਧੱਕਾ ਕਰਦੀ ਹੈ ਸਰਕਾਰ, ਅਤੇ ਕਿਸਾਨ ਉਸਨੂੰ ਪੂਰਾ ਨਹੀਂ ਕਬੂਲਣਗੇ ਨਹੀਂ। ਧੰਨਵਾਦ। ਅਸੀਂ ਜਿਹੜਾ ਇੱਥੇ ਤੁਹਾਨੂੰ ਜਿਹੜੀਆਂ ਨੈਸ਼ਨਲ ਹਾਈਵੇ ਲੁਧਿਆਣਾ ਚੰਡੀਗੜ੍ਹ ਦੀਆਂ ਤਸਵੀਰਾਂ ਦਿਖਾਈਆਂ, ਜਿਸ ਵਿੱਚ ਤੁਸੀਂ ਦੇਖਿਆ ਕਿ ਪੂਰਨ ਤੌਰ 'ਤੇ ਜਿਹੜਾ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਬੰਦ ਕੀਤਾ ਹੋਇਆ, ਅਤੇ ਉੱਥੇ ਹੀ ਜਿਹੜੇ ਟੋਲ ਟੈਕਸ ਵੀ ਜਿਹੜੇ ਉਹ ਵੀ ਬੰਦ ਕੀਤੇ ਹੋਏ ਨੇ, ਅਤੇ ਉੱਥੇ ਹੀ ਜਿਹੜਾ ਕਿਸਾਨਾਂ ਦਾ ਕਹਿਣਾ, ਜਦ ਤੱਕ ਸਰਕਾਰ ਨਹੀਂ ਝੁਕਦੀ ਤਾਂ ਸਾਡਾ ਉਦੋਂ ਤੱਕ ਐਜੀਟੇਸ਼ਨ ਚੱਲਦੇ ਰਹਿਣਗੇ। ਅਤੇ ਉਹਨਾਂ ਨੇ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬੈਠੇ ਹਾਂ, 18 ਤਰੀਕ ਦੀ ਮੀਟਿੰਗ ਤੋਂ ਬਾਅਦ ਜੇ ਸਾਨੂੰ ਸੰਯੁਕਤ ਕਿਸਾਨ ਮੋਰਚਾ ਕਹੇਗਾ ਦਿੱਲੀ ਜਾਣਾ ਤਾਂ ਅਸੀਂ ਦਿੱਲੀ ਜਾ ਕੇ ਉੱਥੇ ਦੇ ਬਾਰਡਰ ਤੱਕ ਸਾਰੇ ਢਾ ਦੇਵਾਂਗੇ, ਅਤੇ ਉੱਥੇ ਦਿੱਲੀ ਕੂਚ ਕਰਕੇ ਹੀ ਰਵਾਂਗੇ ਜਦ ਤੱਕ ਕੇਂਦਰ ਦੀ ਸਰਕਾਰ ਸਾਡੇ ਫੈਸਲੇ ਸਾਡੇ ਹੱਕ ਦੇ ਵਿੱਚ ਨਹੀਂ ਕਰਦੀ। ਹੁਣ ਦੇਖਣਾ ਹੋਵੇਗਾ ਕਿ ਮੋਦੀ ਸਰਕਾਰ ਕਦ ਤੱਕ ਝੁਕਦੀ ਹੈ ਅਤੇ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਫੈਸਲੇ ਦਿੰਦੀ ਹੈ। ਸਮਰਾਲਾ ਤੋਂ ਵਿਪਨ ਭਾਰਦਵਾਜ, ABP ਨਿਊਜ਼ ਸਾਂਝਾ।